ਤਾਂ ਕਿਵੇਂ ਵੇਖਦਾ ਕੈਪਟਨ ਸਾਹਿਬ ਤੁਹਾਡੇ ਵੱਡੇ ਚਿਹਰੇ ਲੈ ਕੇ ਚੱਲ ਗਏ ਆ ਤੇ ਕਹਿੰਦੇ ਕਿ ਆਉਣੇ ਸਮੇਂ ਤੇ ਕੈਪਟਨ ਸਾਹਿਬ ਕੋਲ ਕਿਹੜਾ ਵੱਡਾ ਚਿਹਰਾ ਗਿਆ ਸੋਢੀ ਸਾਹਿਬ ਵਰਗੇ ਅਕਾਲੀ ਦਲ ਦੇ ਚਿਹਰੇ ਲੈ ਗਏ ਆ ਹੋਰ ਵੀ ਕਈ ਚਿਹਰੇ ਕੈਪਟਨ ਅਮਰਿੰਦਰ ਸਿੰਘ ਯਾਰ ਮੈਨੂੰ ਹੁਣ ਤੁਹਾਡੇ ਅਕਾਲ ਚੈਨਲ ਵਾਲਾ ਤੁਸੀਂ ਤਾਂ ਸੱਚ ਬੋਲਦੇ ਤੇ ਤੁਸੀਂ ਵੀ ਝੂਠ ਬੋਲਣ ਲੱਗ ਗਏ ਕੈਪਟਨ ਅਮਰਿੰਦਰ ਸਿੰਘ ਕੈਪਟਨ ਹੀ ਕਹਾਂਗੇ ਨਾ ਜੋ ਸੱਚਾਈ ਆਪਾਂ 4.5 ਸਾਲ ਤੁਸੀਂ ਲਾਇਆ ਚਿਹਰਾ ਰਹਿ ਗਿਆ ਉਹਦਾ ਚਿਹਰਾ ਰਹਿ ਗਿਆ ਉਹਦਾ ਤੇ ਚਿਹਰਾ ਹੀ ਵਿਗੜ ਗਿਆ ਜਿਹੜਾ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦਾ ਰਿਹਾ ਯਾਰ ਮੈਨੂੰ ਸ਼ਰਮ ਆਉਂਦੀ ਸੀ ਕਿ ਮੈਂ 9.5 ਸਾਲ ਉਹਦੇ ਰਿਹਾ ਤੇ ਉਹਨੂੰ ਸ਼ਰਮ ਨਹੀਂ ਆਈ ਕਿ ਖਾਲੀ ਕੁਰਸੀਆਂ ਤੇ ਬੋਲੀ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਨਸ਼ਿਆਂ ਦੇ ਵਿੱਚ ਤੇਰੇ ਤੇ ਪਰਚਾ ਹੋਇਆ ਤੈਨੂੰ ਇੰਟਰਮ ਬੇਲ ਮਿਲੀ ਆ ਤੈਨੂੰ ਇਹ ਚੀਜ਼ਾਂ ਦੇ ਵਿੱਚ ਸ਼ਰਮ ਨਾ ਬੰਦਾ ਮਰ ਜਾਂਦਾ ਇਹ ਕਿਤੇ ਨਹੀਂ ਹੋ ਸਕਿਆ ਨਾ ਸਰਕਾਰ ਦੇ ਸਾਹਮਣੇ ਹੋਇਆ ਕਹਿੰਦੇ ਕਿ ਮੇਰਾ ਝੂਠਾ ਕੇਸ ਪਾ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਮੰਨ ਤਾਂ ਕਿਸੇ ਨੂੰ ਜਿਹੜੇ ਜੇਲ੍ਹ 'ਚ ਬੈਠੇ ਨੇ ਅਤੇ ਉਹਨਾਂ ਨੂੰ ਜਦੋਂ ਸਜ਼ਾ ਹੁੰਦੀ ਆ ਉਦੋਂ ਹੀ ਹੁੰਦੀ ਹੈ ਕਿ ਪਹਿਲੇ ਦਿਨ ਹੀ ਉਹਨਾਂ ਨੂੰ ਸਾਬਤ ਕਰ ਦਾਂਗੇ ਇਨਵੈਸਟੀਗੇਸ਼ਨ ਤਾਂ ਹੀ ਹੋਏਗੀ ਪਹਿਲਾਂ FIR ਹੋਏਗੀ ਅਤੇ ਜੇ ਏਡਾ ਹੀ ਪਾਕ ਸਾਫ ਸੀ ਤਾਂ 20 ਦਿਨ ਗਿੱਦੜ ਵਾਂਗੂ ਲੁਕਿਆ ਕਿਉਂ ਰਿਹਾ ਤੁਹਾਡੀ ਸਰਕਾਰ ਦੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਰੇਤ ਮਾਫੀਆ ਸਾਡੀ ਸਰਕਾਰ ਦੇ ਵੇਲੇ ਵੀ ਸੀ ਨਸ਼ਾ ਹੁਣ ਵੀ ਵਿਕ ਰਿਹਾ ਸਾਰਾ ਕੁਝ ਹੋ ਰਿਹਾ ਪਹਿਲਾਂ ਫੜਿਆ ਨਹੀਂ ਗਿਆ ਕੀ ਚੱਕਰ ਇਹਨੂੰ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ 4.5 ਸਾਲ ਤੇ ਤੁਸੀਂ ਕੈਪਟਨ ਸਾਹਿਬ ਇਹਨਾਂ ਨੂੰ ਪੁਸ਼ਤ ਪਨਾਈ ਕਰਦੇ ਰਹੇ ਹੋ ਤੇ 110 ਦਿਨਾਂ ਦੇ ਵਿੱਚ ਅਸੀਂ ਜਿੰਨਾ ਸਕੰਜਾ ਕੱਸਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅੰਦਰ ਦਿੰਦੇ ਫਿਰ ਪਤਾ ਲੱਗਣਾ ਕਿ ਇਹ ਮਾਫੀਆ ਖਤਮ ਹੋਣ ਲੱਗਾ ਜਿਹੜਾ ਕੈਂਸਰ ਆ ਪੰਜਾਬ ਦਾ ਇਹ ਸਾਨੂੰ ਖਤਮ ਕਰਨਾ ਪਏਗਾ ਇਹ ਖਤਮ ਜਦੋਂ ਹੁਣ ਰਾਜ ਭਾਗ ਆਏਗਾ ਜਦੋਂ ਪੂਰਾ ਟਾਈਮ ਤੂੰ ਵੇਖਿਆ ਨਾ 110 ਦਿਨਾਂ 'ਚ ਕਿਵੇਂ ਲਗਾਵਾਂ ਕੱਸੀਆਂ ਸੀ ਸਾਲ ਸੀ ਤੁਹਾਡੇ ਕੋਲੋਂ ਕਿਉਂਕਿ 5 ਸਾਲ ਸੀ 5 ਸਾਲ ਦਾ ਹਿਸਾਬ ਮੰਗਦੇ ਆ ਨਾ ਇਹ ਤੋਂ ਪਹਿਲਾਂ ਵੀ ਤੁਹਾਡਾ ਹੀ ਰਾਜ ਸੀ ਇਸੇ ਕਰਕੇ ਤੇ ਉਹਨੂੰ ਲਾਇਆ ਜਿੰਨੇ ਕੀਤਾ ਕੁਛ ਨਹੀਂ ਅਤੇ ਉਹਦਾ ਮਤਲਬ ਉਹਦਾ ਗੰਦ ਅੱਜ ਵੀ ਸਾਡੇ ਸਿਰ 'ਤੇ ਤੁਸੀਂ ਇਹ ਜਿਹੜੇ ਮੀਡੀਆ ਵਾਲੇ ਸਾਡੇ ਸਿਰ 'ਤੇ ਸੁੱਟਦੇ ਹੋ ਅਸੀਂ ਤਾਂ ਲੋਕਾਂ ਦੇ ਸਵਾਲ ਆ ਇਹ ਲੋਕਾਂ ਦੇ ਸਵਾਲ ਨਾ ਕਿ ਸਾਡੇ ਉਹਦੇ ਨਾਲ ਲੜਾਈ ਨਹੀਂ ਤੁਹਾਡੇ ਸਾਹਮਣੇ ਲੜਾਈ ਨਹੀਂ ਲੈਂਦੇ ਰਹੇ ਮੈਂ ਤਾਂ ਰਿਜ਼ਾਈਨ ਕਰਕੇ ਉੱਥੇ ਜਾ ਕੇ ਕਹੋ ਨਾ ਕਿ ਉਹਦੀ ਹਾਂ 'ਚ ਹਾਂ ਮੈਂ ਮਿਲਾਉਂਦਾ ਰਿਹਾ ਸਰਕਾਰ ਬਣੀ ਸੀ ਕੈਪਟਨ ਸਾਹਿਬ ਨੇ ਤਾਂ ਗੁਟਕਾ ਸਾਹਿਬ ਦੀ ਇੱਕ ਸਵਾਲ ਤੁਹਾਡੇ ਹਨ ਇਹਦਾ ਜਵਾਬ ਦੇਣਾ ਤੇ ਬੇਅਦਬੀ ਦੇ ਮੁੱਦੇ ਤੇ ਮੈਂ ਅਸਤੀਫਾ ਦੇ ਕੇ ਕੈਬਨਿਟ 'ਚ 26 ਅਪ੍ਰੈਲ ਨੂੰ ਉੱਠਿਆ ਮੈਂ ਹੀ ਉੱਠਿਆ ਸੀ ਹੋਰ ਤਾਂ ਨਹੀਂ ਕੋਈ ਉੱਠਿਆ ਅਮਰਿੰਦਰ ਸਿੰਘ ਨੂੰ ਤਾਂ ਸ਼ਰਮ ਨਹੀਂ ਆਈ ਕਿ ਮੇਰਾ ਮੰਤਰੀ ਉੱਠ ਗਿਆ ਤਾਂ ਰਿਜ਼ਾਈਨ ਕਰਕੇ ਉੱਠ ਗਿਆ ਨਰੋਆ ਪੰਜਾਬ ਕਿੱਦਾਂ ਸਿਰਜਿਆ ਜਾ ਸਕਦਾ ਵਾ ਕਿਵੇਂ ਲੱਗਦਾ ਪੰਜਾਬ ਇੱਦਾਂ ਸਿਰਜਿਆ ਜਾ ਸਕਦਾ ਕਿ ਜਿਹੜੇ ਪੋਲੀਟੀਸ਼ੀਅਨ ਵਿਕਰਮ ਜੀਠੀ ਵਰਗੇ ਜਿਹਨਾਂ ਪੰਜਾਬ ਦਾ ਬੇੜਾ ਗਰਕ ਕੀਤਾ ਜਿੰਨਾ ਚਿਰ ਇਹਨਾਂ ਨੂੰ ਅੰਦਰ ਨਹੀਂ ਦਿੰਦੇ ਅਤੇ ਜਿਹੜੇ ਪੰਜਾਬ ਦਾ ਨੁਕਸਾਨ ਕਰਨ ਵਾਲੇ ਨੇ ਜਿਹੜੇ ਰੇਤ ਮਾਫੀਆ ਜੇਬ ਮਾਫੀਆ ਇਹ ਮਾਫੀਆ ਸਾਨੂੰ ਤੋੜਨੇ ਪੈਣਗੇ ਇਹਨਾਂ ਦਾ ਨੈਕਸਿਸ ਤੋੜਨਾ ਪਏਗਾ ਫਿਰ ਨਰੋਆ ਪੰਜਾਬ ਬਣੇਗਾ ਨਹੀਂ ਤਾਂ ਨਰੋਆ ਪੰਜਾਬ ਨਹੀਂ ਬਣ ਸਮਾਂ ਫਿਰ ਤੁਹਾਨੂੰ 5 ਸਾਲ ਮਿਲਦੇ ਆ ਤਾਂ ਫਿਰ ਲੱਗਦਾ ਕਿ ਇਹ ਸਾਰਾ ਕੁਛ ਸਹੀ ਹੋ ਜਾਊ ਫਿਰ ਇਹੋ ਜਿਹੀਆਂ ਦੇ ਚੀਕਾਂ ਕਿਵੇਂ ਕਢਾਉਂਦੇ ਕਿੰਨੀ ਵੋਟਾਂ ਕਿੰਨੀਆਂ ਤੁਹਾਡੇ 550 ਵੋਟ 'ਚ ਇਹ ਵੇਖ ਲਓ 4.5 ਲੱਖ ਦੇ ਜਿਹੜੇ ਬਿਜਲੀ ਦੇ ਬਿੱਲ ਕੱਟੇ ਜਿਹੜੇ ਡਿਫਾਲਟਰ ਸੀ ਉਹਨਾਂ ਦਾ ਦੇ ਦਿੱਤਾ 1500 ਪੈਨਸ਼ਨ 150 ਬੰਦੇ ਦੀ ਆਉਂਦੀ ਹੈ 150 ਬੰਦੇ ਦੀ 550 ਦੇ ਯਾਰ ਹੋਰ 111 ਦਿਨਾਂ 'ਚ ਪ੍ਰਕਾਸ਼ ਸਿੰਘ ਬਾਦਲ ਦੀ ਲਾ ਦਈਏ ਹਲਕਾ ਡੇਰਾ ਬਾਬਾ ਨਾਨਕ 'ਚ ਹਾਂ ਅਸੀਂ ਇਸ ਟਾਈਮ ਦੇ ਉੱਤੇ ਅਤੇ ਸੁਖਜਿੰਦਰ ਸਿੰਘ ਜੀ ਰੰਧਾਵਾ ਸਾਹਿਬ ਸਾਡੇ ਨਾਲ ਹੈਗੇ ਆ ਡਿਪਟੀ CM ਆ ਪਹਿਲਾਂ ਤਾਂ ਗੱਲਬਾਤ ਕਰਦੇ ਹਾਂ ਕਿ ਹਲਕੇ ਦੀ ਨੁਹਾਰ ਬਦਲ ਦੀ ਗੱਲ ਹੋ ਰਹੀ ਸੀ ਪੰਜਾਬ ਦੀ ਨੁਹਾਰ ਬਦਲ ਦੀ ਗੱਲ ਹੋ ਰਹੀ ਸੀ ਇਲੈਕਸ਼ਨ ਆ ਗਈ ਆ 110 ਦਿਨ ਦੀ ਜੋ ਪਾਵਰ ਸੀ ਤੁਹਾਡੇ ਕੋਲ ਉਸ ਪਾਵਰ ਦਾ ਕੀ ਬਣਿਆ ਅਤੇ ਉਹ ਤੋਂ ਬਾਅਦ ਵਿੱਚ ਹੁਣ ਜੋ ਕਮੀਆਂ ਰਹਿ ਚੁੱਕੀਆਂ ਵਾ ਉਹ ਕਦੋਂ ਤੱਕ ਪੂਰੀ ਹੋਣਗੀਆਂ ਪਹਿਲਾਂ ਤਾਂ ਰੰਧਾਵਾ ਸਾਹਿਬ ਤੋਂ ਅਕਾਲ ਚੈਨਲ ਦਾ ਸਵਾਗਤ ਤੁਹਾਡਾ ਸਾਹਿਬ ਜਿਹੜਾ ਕਿ ਬਿਕਰਮਜੀਤ ਮਜੀਠੀ ਦੇ ਪਹਿਲਾਂ ਗੱਲ ਕਰਦੇ ਹਾਂ ਅਤੇ ਉਹਦੇ 'ਚ ਸਿਆਸੀ ਤੰਜ ਕੱਸੇ ਜਾ ਰਹੇ ਕਿਉਂਕਿ ਮਤਲਬ ਚੋਣ ਸਟੰਟ ਸੀ ਕਿਵੇਂ ਵੇਖਦੇ ਹੋ ਤੁਸੀਂ ਉਸ ਬਿਲਕੁਲ ਚੋਣ ਸਟੰਟ ਕਦੇ ਵੀ ਨਹੀਂ ਹੋ ਸਕਦਾ ਇਹ ਜਦੋਂ ਸਾਡੇ ਕੋਲ ਟਾਈਮ ਆਇਆ ਕੈਪਟਨ ਸਾਹਿਬ ਦੇ ਵੇਲੇ ਵੀ ਤੁਹਾਨੂੰ ਪਤਾ ਕਿ ਉਦੋਂ ਵੀ ਇਹੀ ਸਾਡੀ ਗੱਲ ਚੱਲਦੀ ਕਿ ਜੇ ਅਸੀਂ ਕਸਮ ਖਾਧੀ ਆ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ 4.5 ਸਾਲ ਨਿਕਲ ਗਏ ਨੇ ਅਤੇ ਤੁਸੀਂ ਨਸ਼ੇ 'ਤੇ ਇੱਕ ਸਟੈਪ ਵੀ ਨਹੀਂ ਚੁੱਕਿਆ ਕੈਬਨਿਟ ਦੇ ਵਿੱਚ ਸਾਡੀਆਂ ਗੱਲਾਂ ਹੁੰਦੀਆਂ ਨੇ ਤੁਹਾਨੂੰ ਇਹ ਵੀ ਪਤਾ ਕਿ ਮੈਂ ਰਿਜ਼ਾਈਨ ਕਰਕੇ ਵੀ ਉੱਠਿਆ ਕੈਬਨਿਟ ਦੇ ਵਿੱਚੋਂ ਕਿ ਮੈਂ ਜੇ ਤੁਸੀਂ ਨਹੀਂ ਕਰਨੇ ਤਾਂ 1 ਸਾਲ ਪਹਿਲਾਂ ਕਿਤੇ ਮੈਂ ਕੋਈ ਇਹ ਵੀ ਨਹੀਂ ਕੀਤਾ ਕਿ ਬਹੁਤਾ ਟਾਈਮ ਲਾਇਆ ਮੈਂ ਅਪ੍ਰੈਲ ਦੇ ਵਿੱਚ ਰਿਜ਼ਾਈਨ ਕਰਤਾ ਜੀ ਮੈਂ ਇਹ ਦੇਣਾ ਤੁਹਾਨੂੰ ਰਿਜ਼ਾਈਨ ਤੁਸੀਂ ਨਾ ਬੇਅਦਬੀ ਬਾਰੇ ਕਰ ਰਹੇ ਹੋ ਅਤੇ ਨਾ ਤੁਸੀਂ ਨਸ਼ਿਆਂ ਬਾਰੇ ਕਰ ਰਹੇ ਹੋ ਤੁਸੀਂ ਦੋਨਾਂ 'ਤੇ ਵੀ ਆਪਣੀ ਚੁੱਪੀ ਧਾਰੀ ਆ ਅਤੇ ਇਹਨੂੰ ਤੋੜਨਾ ਪਏਗਾ ਅਤੇ ਉਹਦੇ ਬਾਅਦ ਸਾਡੀ ਲੜਾਈ ਚੱਲੀ ਅਸੀਂ ਉਹਦੇ 'ਚ ਕਾਮਯਾਬ ਹੋਏ ਸਾਨੂੰ ਟਾਈਮ 'ਤੇ ਲੱਗਾ ਸਾਡੀ ਹਾਈ ਕਮਾਂਡ ਜੇ ਕਿਤੇ ਅਪ੍ਰੈਲ ਦੇ ਵਿੱਚ ਜਦੋਂ ਅਸੀਂ ਤੁਰੇ ਸੀਗੇ ਉਸ ਵੇਲੇ ਕਰਦੇ ਅਤੇ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਅਸੀਂ ਲੱਕ ਤੋੜ ਦੇਣਾ ਸੀ ਔਰ ਬੇਅਦਬੀ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਜਿਸ ਦਿਨ ਸਾਡੀ ਚੰਨੀ ਦੀ ਸਰਕਾਰ ਬਣੀ ਪਹਿਲੇ ਦਿਨ ਹੀ ਅਸੀਂ ਸਭ ਤੋਂ ਪਹਿਲਾਂ ਜਾ ਕੇ ਨਸ਼ਿਆਂ ਦੇ ਅਗੇਂਸਟ ਹਾਈ ਕੋਰਟ 'ਚ ਗਏ ਉੱਥੋਂ ਸਾਡੀ ਦੂਜੀ ਤੀਜੀ ਤਰੀਕ 'ਤੇ ਉਹਨਾਂ ਕਿਹਾ ਕਿ ਤੁਹਾਨੂੰ ਕਿੰਨੇ ਰੋਕਿਆ ਤੁਸੀਂ ਆਪਣੀ ਜਾ ਕੇ ਇਨਕੁਆਇਰੀ ਸਟਾਰਟ ਕਰੋ ਤੁਸੀਂ ਇਹਨਾਂ 'ਚ ਸੁੱਤੇ ਸੀ ਉਹਦੇ 'ਤੇ FIR ਕੀਤੀ
ਅਤੇ ਜਿਹੜਾ ਇਹ ਰੌਲੀ ਪਾਉਂਦਾ ਕਿ ਇਹਨੇ ਦਮਗਜੇ ਮਾਰਦਾ। ਮੈਂ ਪੁੱਛਣਾ ਚਾਹੁੰਦਾ ਕਿ ਨਸ਼ਿਆਂ ਦੇ ਵਿੱਚ ਤੇਰੇ 'ਤੇ ਪਰਚਾ ਹੋਇਆ, ਤੈਨੂੰ ਇੰਟਰਮ ਬੇਲ ਮਿਲੀ ਆ, ਤੈਨੂੰ ਇਹ ਚੀਜ਼ਾਂ ਦੇ ਵਿੱਚ ਸ਼ਰਮ ਨਾਲ ਬੰਦਾ ਮਰ ਜਾਂਦਾ ਕਿ ਮੇਰੇ 'ਤੇ ਨਸ਼ੇ ਦਾ ਜਾਂ ਕਿਸੇ ਹੋਰ ਚੀਜ਼ ਦਾ ਕੋਈ ਪਰਚਾ ਹੋਵੇ? ਇਹ ਕਿਉਂ ਨਹੀਂ ਹੋ ਸਕਿਆ ਨਾ? ਸਰਕਾਰ ਦੇ ਸਾਹਮਣੇ ਹੋਏ ਕਹਿੰਦੇ ਕਿ ਮੇਰੇ ਝੂਠਾ ਕੇਸ ਪਾ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ। ਮਾਨਤ ਤਾਂ ਕਿਸੇ ਨੂੰ ਹੈ ਜਿਹੜੇ ਜੇਲ੍ਹ 'ਚ ਬੈਠੇ ਨੇ, ਅਤੇ ਉਹਨਾਂ ਨੂੰ ਜਦੋਂ ਸਜ਼ਾ ਹੁੰਦੀ ਉਦੋਂ ਹੀ ਹੁੰਦੀ ਹੈ ਕਿ ਪਹਿਲੇ ਦਿਨ ਹੀ ਉਹਨਾਂ ਨੂੰ ਸਾਬਤ ਕਰ ਦਾਂਗੇ? ਜਦੋਂ ਜੇ ਇਹ ਪੇਸ਼ ਹੁੰਦਾ ਉੱਥੇ ਕਰਦੇ, ਸਾਬਤ ਵੀ ਕਰਦੇ, ਹੁਣ ਵੀ ਸਾਬਤ ਹੈ, ਇਹਦਾ ਮਤਲਬ ਬਿਨਾਂ ਸਾਬਤ ਤੋਂ ਹੀ ਇਹ ਹਾਈਕੋਰਟ ਨੇ ਸਾਨੂੰ ਕਹਿਤਾ ਕਿ ਇਨਕੁਆਇਰੀ ਕਰੋ ਅਤੇ ਕੇਸ ਰਜਿਸਟਰ ਕਰੋ ਅਤੇ ਇਨਵੈਸਟੀਗੇਸ਼ਨ ਕਰੋ। ਇਨਵੈਸਟੀਗੇਸ਼ਨ ਤਾਂ ਹੀ ਹੋਏਗੀ, ਪਹਿਲਾਂ FIR ਹੋਏਗੀ। ਅਤੇ ਜੇ ਏਡਾ ਹੀ ਪਾਕ ਸਾਫ ਸੀ ਤਾਂ 20 ਦਿਨ ਗਿੱਦੜ ਵਾਂਗੂ ਲੁਕਿਆ ਕਿਉਂ ਰਿਹਾ? ਉਹਦਾ ਸਾਹਮਣੇ ਦਮਗਜ ਮਾਰਦਾ ਸਾਹਿਬ ਨੂੰ ਤਾਂ ਪਤਾ ਸੀ, ਚੰਨੀ ਸਾਹਿਬ ਨੂੰ ਪਤਾ ਸੀ, ਉਹ ਤਾਂ ਕਹਿਣ ਦੇ ਤੰਜ ਕੱਸ ਰਿਹਾ ਤੁਹਾਡੇ। ਜਿਹੜਾ ਬੇਸ਼ਰਮ ਹੁੰਦਾ ਉਹ ਤਾਂ ਤੰਜ ਬੇਸ਼ਰਮ ਆਦਮੀ ਤੰਜ ਕੱਸਦਾ, ਜਿਹੜਾ ਕੋਈ ਸ਼ਰੀਫ ਜਾਂ ਇੱਜ਼ਤਦਾਰ ਹੋਵੇ ਉਹ ਜਿਹੀਆਂ ਗੱਲਾਂ ਨਹੀਂ ਕਰਦਾ ਹੁੰਦਾ ਕਿ ਜਿਨ੍ਹਾਂ ਨੇ ਮੈਂ FIR ਨਹੀਂ ਕੀਤੀ ਜਾਂ ਚੰਨੀ ਨੇ ਨਹੀਂ ਕੀਤੀ, ਜੋ ਕਾਨੂੰਨ ਨੇ ਕੀਤਾ ਉਹ ਕੀਤੀ ਹੈ, ਜੋ ਹਾਈਕੋਰਟ ਦੀ ਗਾਈਡਲਾਈਨਸ ਦੀ ਉਹਦੇ ਮੁਤਾਬਕ ਕੀਤੀਆਂ। ਅਤੇ ਜਿਹੜੇ ਇੰਨੇ ਸਾਲ 2012 ਤੋਂ ਅਸੀਂ ਰੌਲਾ ਪਾਉਂਦੇ ਰਹੇ ਹਾਂ, ਅੱਜ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ 2012 ਤੱਕ ਅਕਾਲੀ ਦਲ ਦੇ ਉੱਪਰ ਕਦੀ ਨਸ਼ਿਆਂ ਦਾ, ਕਦੀ ਬੇਅਦਬੀ ਦਾ, ਗੁੰਡਾਗਰਦੀ ਦਾ, ਮਾਫੀਆ ਦਾ ਕਦੀ ਇਲਜ਼ਾਮ ਨਹੀਂ ਲੱਗਾ ਜਿੱਦਾਂ ਦਾ ਇਹੋ ਹੀ ਲੈ ਕੇ ਆਇਓ ਦਾਜ ਦੇ ਵਿੱਚ? ਅਤੇ ਉਹਦੇ ਬਾਅਦ ਹੀ ਤੁਹਾਨੂੰ ਇਹ ਸਾਰਾ ਕੁਝ ਅਕਾਲੀ ਦਲ ਹੀ ਜਿਹਨੇ ਖਤਮ ਕਰਤਾ। ਪ੍ਰਕਾਸ਼ ਸਿੰਘ ਬਾਦਲ ਨੇ, ਮੇਰਾ ਖਿਆਲ ਬਦਕਿਸਮਤੀ ਸੀ ਅਕਾਲੀ ਦਲ ਦੀ, ਜਿਸ ਦਿਨ ਇਹਨੂੰ ਉਹਨਾਂ ਨੇ ਜੁਆਇਨ ਕਰਾਇਆ ਔਰ ਸਾਰਾ ਅਕਾਲੀ ਦਲ ਖਤਮ ਕਰਤਾ। ਅੱਜ ਕਿੱਥੇ ਅਕਾਲੀ ਦਲ ਖੜ੍ਹਾ ਤੁਸੀਂ ਵੀ ਦੇ ਦਿਓ, ਅਕਾਲ ਚੈਨਲ ਵਾਲਾ ਅਤੇ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਕਿ ਅੱਜ ਅਕਾਲੀ ਦਲ ਦੀ ਕੀ ਹਾਲਾਤ ਨੇ। ਯਾਰ ਉਹ ਅਕਾਲੀ ਦਲ ਜਿਹੜਾ ਕਹਿੰਦੇ ਕਿ ਪੰਥਕ ਇਹ ਪਾਰਟੀ ਆ, ਅਤੇ ਜਿਹਦੇ ਵਿੱਚ ਗੁਰੂ ਦੀ ਬੇਅਦਬੀ ਹੋਵੇ ਤਾਂ ਉਹ ਕਦੀ ਵੀ ਨਾ ਗੱਲ ਕਰਨ। ਅਤੇ ਅੱਜ ਜੇ ਸਾਡੀ ਆਵਾਜ਼ ਨਹੀਂ ਜਾਣ ਦਿੱਤੀ ਲੋਕਾਂ ਨੇ, ਅਸੀਂ ਆਪ ਸਵਾਲ ਹੁੰਦਾ ਵਾ ਬੇਅਦਬੀ ਦੇ ਮੁੱਦੇ 'ਤੇ ਕਿ ਪੰਥਕ ਸਰਕਾਰ ਨੂੰ, ਉਹ ਕਹਿੰਦੇ ਕਿ ਲੋਕ ਕਹਿੰਦੇ ਸੀ ਕਿ ਤੁਸੀਂ ਜਿਹੜਾ ਮਸਲਾ ਹੈਗਾ ਉਧਰਲੇ ਪਾਸੇ ਚੱਲ ਜੇ, ਅਸੀਂ ਉਧਰਲੇ ਪਾਸੇ ਦੇ ਦਿੱਤਾ, ਉਹ ਤੋਂ ਬਾਅਦ ਦੇ ਵਿੱਚ ਸਾਨੂੰ ਲੋਕਾਂ ਨੇ ਬਾਹਰ ਹੀ ਨਿਕਲ ਦਿੱਤੀ। CBI ਕੋਲ ਦੋ ਕਮਾਲ ਹੋ ਗਈ, ਸ਼ਰਮ ਆਉਣੀ ਚਾਹੀਦੀ ਹੈ ਪ੍ਰਕਾਸ਼ ਸਿੰਘ ਬਾਦਲ ਨੂੰ, ਅਤੇ ਸਿੱਖ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਆ, ਅਤੇ ਇਹਨਾਂ ਨੂੰ ਮੈਨੂੰ ਕਹਿੰਦੇ ਸਿੱਖਾਂ, ਇਹਨਾਂ ਨੂੰ ਸਿੱਖ ਕਹਿੰਦੇ ਸ਼ਰਮ ਆਉਂਦੀ ਆ। ਯਾਰ ਇਹ ਹੋਮ ਇਹਨਾਂ ਕੋਲ ਹੋਵੇ, ਸਰਕਾਰ ਇਹਨਾਂ ਤਾਂ ਕਹਿੰਦੇ ਜੀ ਅਸੀਂ CBI ਨੂੰ ਦੇ ਦਿੱਤਾ, ਇਹਦਾ ਮਤਲਬ ਇਹਨਾਂ ਨੇ ਇਹ ਬੇਈਮਾਨ ਸੀਗੀ, ਬੇਅਦਬੀ ਦੇ ਵਿੱਚ ਇਹਨਾਂ ਦਾ ਹੱਥ ਸੀ। ਗੋਲੀਕਾਂਡ ਵੀ ਹੋਇਆ, ਉਹ ਗੋਲੀਕਾਂਡ ਦੇ ਵਿੱਚ ਵੀ ਅਣਪਛਾਤੇ ਪੁਲਿਸ ਸੀ, ਅੱਜ ਤੱਕ ਪਤਾ ਲੱਗਾ ਕੁਛ ਨਹੀਂ? ਗੋਲੀਕਾਂਡ ਇਹਨਾਂ ਚਲਵਾਇਆ ਕਿ ਅਸੀਂ ਜਾ ਕੇ ਕਿਸੇ ਹੋਰ ਨੇ ਚਲਾਤਾ, ਕਿਹਦੀ ਪੁਲਿਸ ਸੀ, ਕੌਣ ਸੀ ਮੁੱਖ ਮੰਤਰੀ? ਪੰਥਕ ਸਰਕਾਰ ਕਹੀ ਜਾਂਦੀ, ਬੈਠਿਆਂ ਸ਼ਰੀਫ ਜਿਹੜੇ ਪਾਠ ਕਰ ਰਹੇ ਨੇ ਉਹਨਾਂ 'ਤੇ ਗੋਲੀਆਂ ਚਲਾਉਣੀਆਂ, ਅਤੇ ਫਿਰ ਇਹ ਵੀ ਸ਼ਰਮ ਕਹੀ ਜਾਣ ਕਿ ਸਾਨੂੰ ਇਹ ਜੀ ਅਸੀਂ CBI ਨੂੰ ਕਹਿ ਦਿੱਤਾ, ਕਿਆ ਬਾਤ ਹੈ? ਇਹ ਤਾਂ ਸਿੱਖ ਕੌਮ ਨੂੰ ਇਹਦੇ ਬਾਰੇ ਸੋਚਣਾ ਪਏਗਾ ਕਿ ਗਦਾਰਾਂ ਬਾਰੇ, ਇਹ ਮਸੰਦਾਂ ਬਾਰੇ ਸੋਚਣਾ ਪਏਗਾ। ਕੈਪਟਨ ਸਾਹਿਬ ਤੁਹਾਡੇ ਤੋਂ ਸਾਈਡ 'ਤੇ ਹੋ ਜਾਂਦੇ ਆ ਜਦੋਂ ਤੁਸੀਂ ਉਹਨਾਂ ਬਾਰੇ ਸਾਈਡ 'ਤੇ ਕਰਤਾ, ਉਹ ਤੋਂ ਬਾਅਦ ਦੇ ਵਿੱਚ ਤੁਹਾਡੀ ਸਰਕਾਰ 'ਤੇ ਤੰਜ ਕੱਸਿਆ, ਉਹਨਾਂ ਨੇ ਕਿਹਾ ਕਿ ਰੇਤ ਮਾਫੀਆ ਸਾਡੀ ਸਰਕਾਰ ਦੇ ਵੇਲੇ ਵੀ ਸੀ, ਨਸ਼ਾ ਹੁਣ ਵੀ ਵਿਕ ਰਿਹਾ, ਸਾਰਾ ਕੁਝ ਹੋ ਰਿਹਾ, ਪਹਿਲਾਂ ਫੜਿਆ ਨਹੀਂ ਗਿਆ, ਕੀ ਚੱਕਰ? ਇਹਨੂੰ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ 4.5 ਸਾਲ 'ਤੇ ਤੁਸੀਂ ਕੈਪਟਨ ਸਾਹਿਬ ਇਹਨਾਂ ਨੂੰ ਪੁਸ਼ਤ ਪਨਾਈ ਕਰਦੇ ਰਹੇ ਹੋ, ਅਤੇ 110 ਦਿਨਾਂ ਦੇ ਵਿੱਚ ਅਸੀਂ ਜਿੰਨਾ ਸਿਕੰਜਾ ਕੱਸਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅੰਦਰ ਦਿੰਦੇ, ਫਿਰ ਪਤਾ ਲੱਗਣਾ ਕਿ ਇਹ ਮਾਫੀਆ ਖਤਮ ਹੋਣ ਲੱਗਾ। ਕਿਸ ਤਰ੍ਹਾਂ ਮਾਫੀਆ ਖਤਮ? ਉਹ ਸਮੇਂ ਨਸ਼ੇ, ਮੈਂ ਜੋ ਤੁਹਾਡੇ ਹਲਕੇ 'ਚ ਘੁੰਮਿਆ ਸੀ, ਕੁਝ ਪਿੰਡ ਮੈਨੂੰ ਘੁੰਮਣ ਦਾ ਮੌਕਾ, ਇੱਥੇ ਵੀ ਸੁਣਿਆ ਕਿ ਇਹ ਜਿਹੜਾ ਕੈਂਸਰ ਆ ਪੰਜਾਬ ਦਾ, ਇਹ ਸਾਨੂੰ ਖਤਮ ਕਰਨਾ ਪਏਗਾ। ਇਹ ਖਤਮ ਜਦੋਂ ਹੁਣ ਰਾਜਭਾਗ ਆਏਗਾ, ਜਦੋਂ ਪੂਰਾ ਟਾਈਮ ਤੂੰ ਵੇਖਿਆ ਨਹੀਂ 110 ਦਿਨਾਂ 'ਚ ਕਿਵੇਂ ਲਗਾਮਾਂ ਕੱਸੀਆਂ ਸੀ, ਕਿਵੇਂ 5 ਸਾਲ ਸੀ ਤੁਹਾਡੇ ਕੋਲੋਂ, ਕਿਉਂਕਿ 5 ਸਾਲ ਤੁਸੀਂ ਸੀ ਹੈ ਨਾ, ਇਹ ਤੋਂ ਪਹਿਲਾਂ ਵੀ ਤੁਹਾਡਾ ਹੀ ਰਾਜ ਸੀ ਨਾ? ਮੈਂ ਤਾਂ ਇਸੇ ਕਰਕੇ ਤਾਂ ਉਹਨੂੰ ਲਾਇਆ ਜਿਹਨੇ ਕੀਤਾ ਕੁਛ ਨਹੀਂ, ਅਤੇ ਉਹਦਾ ਮਤਲਬ ਉਹਦਾ ਗੰਦ ਅੱਜ ਵੀ ਸਾਡੇ ਸਿਰ 'ਤੇ, ਤੁਸੀਂ ਇਹ ਜਿਹੜੇ ਮੀਡੀਆ ਵਾਲੇ ਸਾਡੇ ਸਿਰ 'ਤੇ ਸੁੱਟਦੇ ਹੋ, ਅਸੀਂ ਤਾਂ ਲੋਕਾਂ ਦੇ ਸਵਾਲ ਆ, ਇਹ ਲੋਕਾਂ ਦੇ ਸਵਾਲ ਆ ਨਾ ਕਿ ਸਾਡੇ ਸਵਾਲ। ਉਹਦੇ ਨਾਲ ਲੜਾਈ ਤੁਹਾਡੇ ਸਾਹਮਣੇ ਲੜਾਈ ਨਹੀਂ ਲੈਂਦੇ ਰਹੇ? ਮੈਂ ਤਾਂ ਰਿਜ਼ਾਈਨ ਕਰਕੇ ਉੱਥੇ ਜਾ ਕੇ ਕਹੋ ਨਾ ਕਿ ਉਹਦੀ ਹਾਂ 'ਚ ਹਾਂ ਮੈਂ ਮਿਲਾਉਂਦਾ ਰਿਹਾ, ਅਤੇ ਫਿਰ ਤਾਂ ਮੈਂ ਕਹੂੰਗਾ ਦੇ ਮੁੱਦੇ 'ਤੇ ਸਰਕਾਰ ਬਣੀ ਸੀ, ਕੈਪਟਨ ਸਾਹਿਬ ਨੇ ਤਾਂ ਗੁਟਕਾ ਸਾਹਿਬ ਦੀ ਇੱਕ ਸਵਾਲ ਤੁਹਾਡੇ ਹਨ ਇਹਦਾ ਜਵਾਬ ਦੇਣਾ, ਅਤੇ ਬੇਅਦਬੀ ਦੇ ਮੁੱਦੇ 'ਤੇ ਮੈਂ ਅਸਤੀਫਾ ਦੇ ਕੇ ਕੈਬਨਿਟ 'ਚ 26 ਅਪ੍ਰੈਲ ਨੂੰ ਉੱਠਿਆ, ਮੈਂ ਹੀ ਉੱਠਿਆ ਸੀ, ਹੋਰ ਤਾਂ ਨਹੀਂ ਕੋਈ ਉੱਠਿਆ। ਅਮਰਿੰਦਰ ਸਿੰਘ ਨੂੰ ਤਾਂ ਸ਼ਰਮ ਨਹੀਂ ਆਈ ਕਿ ਮੇਰਾ ਮੰਤਰੀ ਉੱਠ ਗਿਆ ਤਾਂ ਰਿਜ਼ਾਈਨ ਕਰਕੇ ਉੱਠ ਗਿਆ। ਇਨਸਾਫ ਮਿਲ ਸਕਦਾ ਹੁਣ ਦੁਬਾਰਾ ਨਵੀਂ ਸਰਕਾਰ ਬਣੂਗੀ ਫਿਰ ਇਨਸਾਫ? ਮੇਰੀ ਗੱਲ ਸੁਣੋ, ਤੁਹਾਡੇ ਸਾਹਮਣੇ ਆ ਕਿ ਪਹਿਲਾਂ 2 ਵਾਰੀ ਉਹਦੇ ਡੇਰੇ ਵਾਲੇ ਦੀ ਅਸੀਂ ਇੰਟਰਵਿਊ ਉੱਥੇ ਭੇਜਿਆ ਜੇਲ੍ਹ 'ਚ, ਅਤੇ ਜਿਹੜਾ ਬੰਦਾ ਜੇਲ੍ਹ 'ਚ ਆ ਉਹਦਾ ਕੁਝ ਕਰਾਂਗੇ, ਹੁਣ ਇੱਕ ਰਾਤੋ ਰਾਤ ਅਸੀਂ ਵੀ ਕੀ ਕਰ ਸਕਦੇ? ਕੁਛ MLA ਸਾਹਿਬਾਨ ਆ ਜਿਹੜੇ ਹੁਣ ਵੀ ਗਏ ਸੀ, ਹੁਣ ਥੋੜ੍ਹੇ ਦੂਰ ਹੋ ਗਏ ਆ, ਭਾਜਪਾ ਦੇ ਕੁਛ ਆਗੂ ਵੀ ਉੱਥੇ ਪਹੁੰਚ ਰਹੇ। ਮੇਰੀ ਗੱਲ ਸੁਣੋ, ਤੁਸੀਂ ਮੇਰੀ ਗੱਲ ਕਰੋ ਜਾਂ ਮੇਰੀ ਸਰਕਾਰ ਦੀ ਕਰੋ, ਜਾਂ ਸਰਕਾਰ ਦੇ ਨੁਮਾਇੰਦੇ ਆ, ਨੁਮਾਇੰਦੇ ਹੋਣਗੇ, ਪਰ ਸਾਡੀ ਗੱਲ ਕਰੋ ਕਿ ਅਸੀਂ ਇਹ, ਮੇਰਾ ਖਿਆਲ ਤੁਹਾਨੂੰ ਪਤਾ ਨਹੀਂ ਗਾ ਕਿ 2 ਵਾਰੀ ਉੱਥੇ ਜਾ ਕੇ ਆਈ ਹੈ ਟੀਮ, ਗਈ ਹੈ ਕਿ ਟੀਮ ਗਈ,
ਤੇ ਜਿਹੜੀ ਉੱਥੇ ਡੇਰੇ ਤੇ ਵੀ ਸਾਡੇ ਬੰਦੇ ਜਾ ਕੇ ਆਏ ਨੇ ਤੇ ਉਹਦੀ ਇਨਕੁਆਇਰੀ ਚੱਲ ਰਹੀ ਆ ਔਰ ਉਹਦੇ 'ਚ ਜਿਹੜਾ ਦਾ ਪੂਰਾ ਹੋਏਗਾ ਅਸੀਂ ਇਹ ਵੀ ਕਿਹਾ ਕਿ ਇਹ ਸਾਨੂੰ ਬਾਬਾ ਜਿਹੜਾ ਨਹੀਂ ਕੋਆਪਰੇਟ ਕਰਦਾ ਇਹਦੀ ਸਾਨੂੰ ਕਸਟੋਡੀਅਲ ਜਿਹੜੀ ਆ ਇਹ ਇੰਟਰੋਗੇਸ਼ਨ ਦਿੱਤੀ ਜਾਵੇ ਜੇ ਬੰਦਾ ਉੱਥੇ ਸਾਡੇ ਕੋਲ ਆਏਗਾ ਜਿੱਥੇ ਜਿੱਥੇ ਚੀਜ਼ਾਂ ਹੋਈਆਂ ਨੇ ਜਿੱਥੇ ਬੇਦਬੇ ਹੋਏ ਉੱਥੇ ਮੁਲਜ਼ਮ ਨੂੰ ਲੈ ਕੇ ਜਾਇਆ ਜਾਂਦਾ ਕਿ ਨਹੀਂ ਬਿਨਾਂ ਉਹਦੇ ਤੋਂ ਇਨਕੁਆਇਰੀਆਂ ਸਾਰੀਆਂ ਹੋਣਗੀਆਂ ਸਭ ਨਰੋਆ ਪੰਜਾਬ ਕਿਉਂਕਿ ਸਾਰੇ ਸੱਜਣ ਤੁਹਾਡੇ ਨਾਲ ਬੈਠਦੇ ਆ ਤੁਹਾਡੇ ਨਾਲ ਚੱਲਦੇ ਆ ਅੱਜ ਮੈਂ ਤੁਹਾਡੀਆਂ ਸਪੀਚ ਤਕਰਾਰ ਸੁਣੀ ਸੀ ਤਕਰੀਰ ਬਹੁਤ ਵਧੀਆ ਲੱਗੀ ਮੈਨੂੰ ਵੀ ਨਰੋਆ ਪੰਜਾਬ ਕਿੱਦਾਂ ਸਿਰਜਿਆ ਜਾ ਸਕਦਾ ਵਾ ਕਿਵੇਂ ਲੱਗਦਾ ਪੰਜਾਬ ਇਦਾਂ ਸਿਰਜਿਆ ਜਾ ਸਕਦਾ ਕਿ ਜਿਹੜੇ ਪੋਲੀਟੀਸ਼ੀਅਨ ਵਿਕਰਮ ਜੀਠੀ ਵਰਗੇ ਜਿਹਨਾਂ ਪੰਜਾਬ ਦਾ ਬੇੜਾ ਗਰਕ ਕੀਤਾ ਜਿੰਨਾ ਚਿਰ ਇਹਨਾਂ ਨੂੰ ਅੰਦਰ ਨਹੀਂ ਦਿੰਦੇ ਅਤੇ ਜਿਹੜੇ ਪੰਜਾਬ ਦਾ ਨੁਕਸਾਨ ਕਰਨ ਵਾਲੇ ਨੇ ਜਿਹੜੇ ਰੇਤ ਮਾਫੀਆ ਜੇ ਮਾਫੀਆ ਇਹ ਮਾਫੀਆ ਸਾਨੂੰ ਤੋੜਨੇ ਪੈਣਗੇ ਇਹਨਾਂ ਦਾ ਨੈਕਸਿਸ ਤੋੜਨਾ ਪਏਗਾ ਫਿਰ ਨਰੋਆ ਪੰਜਾਬ ਬਣੇਗਾ ਨਹੀਂ ਤਾਂ ਨਰੋਆ ਪੰਜਾਬ ਨਹੀਂ ਬਣ ਸਕਦਾ ਸਮਾਂ ਫਿਰ ਤੁਹਾਨੂੰ 5 ਸਾਲ ਮਿਲਦੇ ਆ ਤਾਂ ਫਿਰ ਲੱਗਦਾ ਕਿ ਇਹ ਸਾਰਾ ਕੁਝ ਸਹੀ ਹੋ ਜਾਊ ਫਿਰ ਇਹੋ ਜਿਹੀਆਂ ਦੇ ਚੀਕਾਂ ਕਿਵੇਂ ਕਢਾਉਂਦੇ ਆ ਹਲਕੇ ਦਾ ਮੈਂ ਤੁਹਾਡੇ 'ਚ ਵਿੱਚ ਰਿਹਾ ਸੀ ਕੁਛ ਨਸ਼ਿਆਂ ਦਾ ਰੁਝਾਨ ਦੀ ਗੱਲ ਹੁੰਦੀ ਆ ਕਹਿੰਦੇ ਕਿ ਜੇ ਨਸ਼ਿਆਂ ਦਾ ਰੁਝਾਨ ਉਸੇ ਤਰ੍ਹਾਂ ਆਮ ਹਲਕਿਆਂ ਦੇ ਵਿੱਚ ਅਤੇ ਮੈਂ ਕਦੋਂ ਮੈਂ ਤਾਂ ਨਹੀਂ ਕਿਹਾ ਕਿ ਨਸ਼ੇ ਜਿਹੜੇ ਨੇ ਇਹਨਾਂ ਨੂੰ ਕੰਟਰੋਲ ਕੀਤਾ ਮੈਂ ਬੋਲਦਿਆਂ ਇਹ ਜਿਹੜੇ ਇੱਕ 3 ਚੀਜ਼ਾਂ ਨੇ ਇਹਦੇ 'ਚ ਲੀਡਰ ਨਸ਼ਾ ਵੇਚਣ ਵਾਲੇ ਪੁਲਿਸ ਇਹਨਾਂ ਦਾ ਨੈਕਸਿਸ ਬੜੀ ਜ਼ਬਰਦਸਤ ਤਰੀਕੇ ਨਾਲ ਤੋੜਨਾ ਪਏਗਾ ਅਤੇ ਪੰਜਾਬ 'ਚ ਨਸ਼ਾ 10 ਦਿਨ 'ਚ ਖਤਮ ਹੋ ਜਾਏਗਾ ਸਰਕਾਰ 'ਚ ਫਿਰ ਲੱਗਦਾ ਕਿ ਖਤਮ ਲੱਗਦਾ ਨਹੀਂ ਕਰਾਂਗੇ ਤੁਹਾਡੇ ਸਾਹਮਣੇ ਜੇਲ੍ਹ 'ਚ ਮੈਂ ਗੁੰਡੇ ਰੋਕੇ ਕਿ ਨਹੀਂ ਤੁਹਾਡੇ ਸਾਹਮਣੇ ਜਿਹੜਾ 100 ਮੇਰੇ ਕੋਲ 110 ਦਿਨ ਨਹੀਂ ਮੇਰੇ ਕੋਲ ਤਾਂ ਹੋਮ ਆਇਆ ਵੀ 90 ਦੇਣੇ ਆ ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਮੈਂ ਨੱਥ ਪਾਵਾਂ ਔਰ ਪਾਵਾਂਗੇ 11 ਦਿਨ ਦੀ ਸਰਕਾਰ ਤੁਹਾਡੀ ਚੱਲੀ ਸੀ ਅਤੇ ਚੰਨੀ ਸਾਹਿਬ ਨੇ ਕਿਹਾ ਕਿ 1100 ਦਿਨ ਦਾ ਅਸੀਂ ਕੰਮ ਕਰ ਦਿੱਤਾ ਅਤੇ ਵਿਰੋਧੀ ਤੰਜ ਕੱਸਣ ਡਿਆ ਉਹ ਕਹਿੰਦੇ ਖਰੇ ਲਿਫਾਫੇ ਸੀ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਨੂੰ ਤਾਂ ਬੇਸ਼ਰਮੀ ਦੀ ਹੱਦ ਤੱਕ ਪਾਉਂਦੇ ਨਾ ਖਾਲੀ ਸੀ ਪੈਸਾ ਇਹਨਾਂ ਨੇ ਪੁੱਛ ਲਓ ਤੁਹਾਡੇ ਪਿੰਡ ਜਿਹੜੇ ਬਿਜਲੀ ਦੇ ਬਿੱਲ ਮਾਫ਼ ਹੋਏ ਕਿੰਨੇ ਹੋਏ ਨੇ ਸਾਡੇ ਪਿੰਡ 4.5 ਲੱਖ ਰੁਪਇਆ ਮਾਫ਼ ਹੋਇਆ ਜੀ ਬਿਜਲੀ ਦਾ ਥੋੜ੍ਹਾ ਜਿਹਾ ਪਿੰਡ ਆ ਬਿਜਲੀ ਇਹਨਾਂ ਨੇ ਪੁੱਛ ਲਿਆ ਮੈਂ ਕਰਾਇਆ ਜੀ 1500 ਆਉਂਦਾ ਜੀ ਹਰ ਇੱਕ ਵੱਡਾ ਪਬਲਿਸਨ 1500 ਇਹ ਸਰ ਘੱਟੋ ਘੱਟ 130 ਪਿਲਸਨ ਆਉਂਦੀਆਂ ਜੀ ਇੱਕ ਪਿੰਡ ਦੀਆਂ ਇਹ ਕਿੰਨੇ ਵੋਟਾਂ ਕਿੰਨੀਆਂ ਤੁਹਾਡੇ ਪਿੰਡ ਦੀਆਂ 550 ਵੋਟ 'ਚ ਇਹ ਵੇਖ ਲਓ 4.5 ਲੱਖ ਦੇ ਜਿਹੜੇ ਬਿਜਲੀ ਦੇ ਬਿੱਲ ਕੱਟੇ ਜਿਹੜੇ ਡਿਫਾਲਟਰ ਸੀ ਉਹਨਾਂ ਦਾ ਦੇ ਦਿੱਤਾ 1500 ਪੈਨਸ਼ਨ 150 ਬੰਦੇ ਦੀ ਆਉਂਦੀ ਹੈ 150 ਬੰਦੇ ਦੀ 550 ਦੇ ਦੀ ਯਾਰ ਹੋਰ 111 ਦਿਨਾਂ 'ਚ ਪ੍ਰਕਾਸ਼ ਸਿੰਘ ਬਾਦਲ ਦੀ ਲਾ ਦਈਏ ਮਜ਼ਦੂਰਾਂ ਨੂੰ ਸਰ ਕਮਰੇ ਪਾ ਕੇ ਦਿੱਤੇ ਮਜ਼ਦੂਰਾਂ ਨੂੰ 6 ਪਏ ਆ ਜੀ ਅਤੇ ਫਿਰ ਇੱਥੋਂ ਹੀ ਲਾ ਲਓ ਕਿ ਫਿਰ ਡਿਵੈਲਪਮੈਂਟ ਨਹੀਂ ਹੋਈ 111 ਦਿਨ ਦੀ ਸਰਕਾਰ ਵੇਖ ਕੇ ਤਾਂ ਲੋਕ ਖੁਸ਼ ਆ ਜੇ ਮੰਨ ਲਓ ਤੁਹਾਨੂੰ 5 ਸਾਲ ਮਿਲ ਜਾਂਦੇ ਆ ਅਤੇ ਨਰੋਆ ਪੰਜਾਬ ਸੱਜਣ ਵਾਸਤੇ ਕੀ ਨਰੋਆ ਪੰਜਾਬ ਪਹਿਲਾਂ ਤਾਂ ਮੇਰੇ ਮੂੰਹ ਹੋਰ ਕੋਈ ਨਿਕਲ ਚੱਲਿਆ ਸੀ ਜਿਹੜੇ ਡਾਕੂ ਲੀਡਰ ਆ ਇਹਨਾਂ ਨੂੰ ਪਹਿਲਾਂ ਬੰਦੇ ਬਣਾਵਾਂਗੇ ਅਤੇ ਫਿਰ ਨਰੋਆ ਪੰਜਾਬ ਬਣਾਵਾਂਗੇ ਬਣੇਗਾ ਸਾਹਿਬ ਦਾ ਕਿਵੇਂ ਵੇਖਦੇ ਕੈਪਟਨ ਸਾਹਿਬ ਤੁਹਾਡੇ ਵੱਡੇ ਚਿਹਰੇ ਲੈ ਕੇ ਚੱਲ ਗਏ ਆ ਅਤੇ ਕਹਿੰਦੇ ਕਿ ਆਉਣੇ ਸਮੇਂ 'ਤੇ ਕੈਪਟਨ ਸਾਹਿਬ ਕੋਲ ਕਿਹੜਾ ਵੱਡਾ ਚਿਹਰਾ ਗਿਆ ਸੋਢੀ ਵਰਗੇ ਅਕਾਲੀ ਦਲ ਦੇ ਚਿਹਰੇ ਲੈ ਗਏ ਆ ਹੋਰ ਵੀ ਕਈ ਚਿਹਰੇ ਕੈਪਟਨ ਅਮਰਿੰਦਰ ਸਿੰਘ ਯਾਰ ਮੈਨੂੰ ਹੁਣ ਤੁਹਾਡੇ ਅਕਾਲ ਚੈਨਲ ਵਾਲੇ ਤੁਸੀਂ ਤਾਂ ਸੱਚ ਬੋਲਦੇ ਅਤੇ ਤੁਸੀਂ ਵੀ ਝੂਠ ਬੋਲਣ ਲੱਗ ਪਏ ਕੈਪਟਨ ਅਮਰਿੰਦਰ ਸਿੰਘ ਕੈਪਟਨ ਹੀ ਕਹਾਂਗੇ ਨਾ ਜੋ ਸੱਚਾਈ ਆ ਪਰ 450 ਤੁਸੀਂ ਲਾਇਆ ਚਿਹਰਾ ਰਹਿ ਗਿਆ ਪੂਰਾ ਚਿਹਰਾ ਰਹਿ ਗਿਆ ਉਹਦਾ ਤਾਂ ਚਿਹਰਾ ਹੀ ਵਿਗੜ ਗਿਆ ਜਿਹੜਾ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦਾ ਰਿਹਾ ਯਾਰ ਮੈਨੂੰ ਸ਼ਰਮ ਆਉਂਦੀ ਸੀ ਕਿ ਮੈਂ 9.5 ਸਾਲ ਉਹਦੇ ਰਿਹਾ ਅਤੇ ਉਹਨੂੰ ਸ਼ਰਮ ਨਹੀਂ ਆਈ ਕਿ ਖਾਲੀ ਕੁਰਸੀਆਂ 'ਤੇ ਬੋਲੀ ਗਿਆ ਕਦੀ ਆਪਾਂ ਗੱਲ ਕਰਦੇ ਹਾਂ ਕੀ ਲੱਗਦਾ ਆਉਣੇ ਸਮੇਂ ਦੇ ਵਿੱਚ 22 ਦੀ ਇਲੈਕਸ਼ਨ ਆ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਤੁਹਾਡੇ 'ਤੇ ਰੰਧਾਵਾ ਸਾਹਿਬ ਵੇਖੋ ਪੰਜਾਬ ਦੇ ਵਿੱਚ ਬਹੁਤ ਕੰਮ ਕਰਨ ਵਾਲੇ ਨੇ ਅਸੀਂ ਪਾਕਿਸਤਾਨ ਦੇ ਨਾਲ ਬੈਠੇ ਹਾਂ ਪਾਕਿਸਤਾਨ ਕਦੀ ਵੀ ਨਹੀਂ ਚਾਹੇਗਾ ਕਿ ਪੰਜਾਬ ਜਿਹੜਾ ਇਹ ਸਟੇਬਲ ਰਹੇ ਪੰਜਾਬ ਸਟੇਬਲ ਹੁੰਦਾ ਅਤੇ ਹਿੰਦੁਸਤਾਨ ਸਟੇਬਲ ਹੁੰਦਾ ਉਹਦੀ ਹਮੇਸ਼ਾ ਹੀ ISI ਜਾਂ ਉੱਥੋਂ ਦੀ ਗਵਰਨਮੈਂਟ ਦਾ ਇਹੀ ਹੁੰਦਾ ਕਿ ਪੰਜਾਬ 'ਚ ਕੋਈ ਨਾ ਕੋਈ ਗੜਬੜ ਕੀਤੀ ਜਾਵੇ ਉਸ ਗੜਬੜ ਵੱਲ ਜਿੱਥੇ ਪੰਜਾਬ ਨੇ ਪੰਜਾਬੀਆਂ ਨੇ ਧਿਆਨ ਦੇਣਾ ਉੱਥੇ ਹਿੰਦੁਸਤਾਨ ਦੀ ਸਾਡੇ ਨਾਲੋਂ ਵੱਧ ਇਹ ਜ਼ਿੰਮੇਵਾਰੀ ਬਣਦੀ ਹੈ ਬਾਰਡਰ ਸਾਰਾ ਉਹਨਾਂ ਦੇ ਕੋਲ ਆ ਨਸ਼ੇ ਆਉਂਦੇ ਨੇ ਨਸ਼ਿਆਂ ਨੂੰ ਰੋਕਣਾ ਉਹਨਾਂ ਦਾ ਕੰਮ ਆ ਜੇ ਕੋਈ ਅੱਗੇ ਹੁੰਦੀ ਹੈ ਤਾਂ ਉਹ ਸਾਡਾ ਕੰਮ 50 ਕਿਲੋਮੀਟਰ ਘੇਰੇ ਦੀ ਗੱਲ ਹੋ ਰਹੀ ਸੀ BSF ਦੇ ਤੁਸੀਂ ਉਹਦੇ ਅਗੇਂਸਟ ਆ ਕਿ ਜੇ ਇਹ ਇਹ 1 ਕਿਲੋਮੀਟਰ ਤੱਕ ਤਾਂ ਕੰਟਰੋਲ ਨਹੀਂ ਕਰ ਸਕਦੇ ਅਤੇ 50 ਕਿਲੋਮੀਟਰ 'ਚ ਕੀ ਪੰਜਾਬ ਦਾ ਨਾਸ ਪੁੱਟਣ ਲੱਗੇ ਨੇ PM ਸਾਹਿਬ ਦਾ ਘੇਰਾ ਜਿਹੜਾ ਸੀ ਉਹ ਸ਼ਾਇਦ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਸੀ ਪਰ ਤੁਹਾਡੇ ਉੱਤੇ ਬਹੁਤ ਵੱਡਾ ਤੰਜ ਕੱਸਿਆ ਉਹਨਾਂ ਨੇ ਇਹ ਜਿਹੜੇ PM ਸਾਹਿਬ ਦੀ ਹੈ ਪਹਿਲੀ ਗੱਲ ਤਾਂ ਪ੍ਰਧਾਨ ਮੰਤਰੀ ਦਾ ਆਉਣਾ ਔਰ ਬਾਰਡਰ 'ਤੇ ਜਾਣਾ 600 ਗਜ਼ 'ਤੇ ਜਾ ਕੇ ਜਾਂ ਮੀਟਰ 'ਤੇ ਬਹਿ ਕੇ ਉਹ ਆਪਣਾ ਫੰਕਸ਼ਨ ਕਰ ਰਹੇ ਨੇ ਅਤੇ ਗੱਲਾਂ ਸਾਡੇ 'ਤੇ ਕਰ ਰਹੇ ਨੇ ਕਿ ਇਹਨਾਂ ਦਾ ਕੰਮ ਨਹੀਂ ਸੀ ਪਹਿਲੀ ਮੈਂ ਇਹ ਪੰਜਾਬੀਆਂ ਦੇ ਉੱਤੇ ਉਹਨੇ ਬੜਾ ਵੱਡਾ ਇਲਜ਼ਾਮ ਲਾਇਆ ਕਿ ਆਪਣੇ ਚੀਫ ਮਿਨਿਸਟਰ ਕੋਲ ਬੋਲ ਦੇਣਾ ਮੈਂ ਜਿੰਦਾ ਆ ਗਿਆ ਹੂੰ ਅਤੇ ਜਿਸ ਦਿਨ ਰਾਹੁਲ ਰਾਜੀਵ ਗਾਂਧੀ 'ਤੇ ਹਮਲਾ ਹੋਇਆ ਸੀ ਜਪੇ ਉੱਥੇ ਲੰਕਾ ਦੇ ਵਿੱਚ ਤੁਹਾਨੂੰ ਪਤਾ ਕਿ ਬੰਦੂਕ ਦੇ ਨਾਲ ਹਮਲਾ ਹੋਇਆ
ਤੇ ਉਹਨੇ ਉੱਥੇ ਇਹਦਾ ਮਤਲਬ ਉਹ ਕਹਿ ਕੇ ਹੁੰਦਾ ਕਿ ਲੰਕਾ ਦੇ ਕਿ ਪ੍ਰੈਜ਼ੀਡੈਂਟ ਕੋ ਬੋਲ ਦੇਣਾ ਮੈਂ ਆਪਣਾ ਜਿੰਦਾ ਜਾ ਰਹਾ ਹਾਂ ਤੇ ਇਹ ਕਿਸੇ ਸਟੇਟ ਦੀ ਤੋਹੀਨ ਕਰਨੀ ਇਹ ਪ੍ਰਧਾਨ ਮੰਤਰੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਕੇਜਰੀਵਾਲ ਸਾਹਿਬ ਵੀ ਆ ਰਹੇ ਵੱਡੀਆਂ ਗਰੰਟੀਆਂ ਦੇ ਰਹੇ ਦੂਜੇ ਪਾਸੇ ਕਿਸਾਨ ਜਿਹੜੇ ਹੈਗੇ ਆ ਉਹ ਵੀ ਤੁਹਾਨੂੰ ਇੱਕ ਚੁਣੌਤੀ ਦੇਣ ਵਾਸਤੇ ਅੱਗੇ ਆ ਗਏ ਦੇਖੋ ਕੇਜਰੀਵਾਲ ਪਹਿਲਾਂ ਉੱਥੋਂ ਦੀ ਤਾਂ ਗਰੰਟੀ ਪੂਰੀ ਕਰ ਲੈ ਫਿਰ ਪੰਜਾਬ 'ਚ ਆ ਕੇ ਪਹਿਲਾਂ ਉੱਥੋਂ ਦੀ ਗਰੰਟੀ ਆਣ ਕੇ ਦੱਸੇਗੇ ਉੱਥੇ ਦਿੱਲੀ 'ਚ ਕੀ ਦਿੱਤੀਆਂ ਅਤੇ ਕਿਹੜੀਆਂ ਪੂਰੀਆਂ ਕੀਤੀਆਂ ਮੈਂ ਸਕੂਲ ਦੇ ਦੂੰਗਾ ਬੜਾ ਕੁਛ ਦਿੱਕੇ ਕਿਹੜੇ ਮਾਡਲ ਪਹਿਲੇ ਇੱਥੇ ਤੁਸੀਂ ਹੋਰ ਨਹੀਂ ਕੋਈ ਵੇਖਣਾ ਮੇਰਿਆਂ ਪਿੰਡਾਂ 'ਚ ਜਾ ਕੇ ਸਕੂਲ ਵੇਖ ਲਿਓ ਉਹਨੂੰ ਲਾ ਕੇ ਫੜ ਕੇ ਲਾਇਓ ਉਹਨੂੰ ਮੈਂ ਦਿਖਾ ਦਿੰਦਾ ਕਿ ਕਿਵੇਂ ਮਾਡਲ ਬਣਾਏ ਨੇ ਇਹਦਾ ਹੀ ਪਿੰਡ ਵੇਖ ਲਓ ਜਾ ਕੇ ਚੰਨੀ ਸਾਹਿਬ ਦੇ ਹਲਕੇ ਦਾ ਵਿਖਾ ਲਿਆ ਸੀ ਨਾ ਸਕੂਲ ਉਹਨੂੰ ਵੇਖ ਕੇ ਸਕੂਲ ਆ ਉਹ ਇੱਦਾਂ ਦਿੱਲੀ 'ਚ ਪੰਜਾਬ ਵਿਖਾ ਦਾਂਗੇ ਅਸੀਂ ਕਿ ਨੇ ਪੰਜਾਬ ਨੂੰ ਦਿੱਲੀ ਦੀ ਰਾਜਧਾਨੀ ਦੇ ਨਾਲ ਹਿੰਦੁਸਤਾਨ ਦੀ ਰਾਜਧਾਨੀ ਦੇ ਨਾਲ ਕੰਪੈਰੀਜ਼ਨ ਕਰਨਾ ਸ਼ਰਮ ਆਉਣੀ ਚਾਹੀਦੀ ਆ ਕੇਜਰੀਵਾਲ ਨੂੰ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਜਿੱਥੇ ਟੀਚਰ ਵੀ ਨਹੀਂ ਜਾਂਦੇ ਟੀਚਰ ਤੁਹਾਡੇ ਸਾਹਮਣੇ ਟਰਾਂਸਫਰਾਂ ਕਰਾ ਕੇ ਦੌੜ ਜਾਂਦੇ ਨੇ ਉੱਥੋਂ ਅਤੇ ਉਹ ਕਰਨ ਦਿਆ ਪੰਜਾਬ ਨਾਲ ਉਹਨੂੰ ਕਰਨਾ ਜੇ ਉਹਨੇ ਕਰਨਾ ਤਾਂ ਉਹਨੂੰ ਕਹੋ ਡੀ ਸੀ ਵਾਸ਼ਿੰਗਟਨ ਨਾਲ ਕਰੇ ਜਾ ਕੇ ਅਮਰੀਕਾ ਦੀ ਰਾਜਧਾਨੀ ਨਾਲ ਕਰੇ ਕੰਪੈਰੀਜ਼ਨ ਫਿਰ ਤਾਂ ਮੈਂ ਮੰਨੂ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ ਹਲਕੇ ਦੇ ਵਿੱਚ ਸੀ ਅਸੀਂ ਤੇ ਹਲਕੇ ਦਾ ਹਾਲ ਵੀ ਤੁਹਾਨੂੰ ਬਿਆਨ ਕਰਾਂਗੇ ਜਿੱਥੇ ਕਿ ਵੱਡੇ ਤੰਜ ਕੱਸੇ ਜਾਂਦੇ ਵਿਰੋਧੀਆਂ ਵੱਲੋਂ ਉੱਥੇ ਜਵਾਬ ਜ਼ਰੂਰ ਦਿੱਤੇ ਆ ਕਿ 110 ਦਿਨ ਦੀ ਕਾਰਗੁਜ਼ਾਰੀ ਤੁਸੀਂ ਦੇਖ ਲਈ ਆ ਤੇ 110 ਦਿਨ ਤੋਂ ਬਾਅਦ ਜੇ 5 ਸਾਲ ਦੀ ਸਾਡੀ ਕਾਰਗੁਜ਼ਾਰੀ ਹੋਊਗੀ ਤੇ ਕੋਈ ਚੰਗਾ ਹੋਊਗਾ ਨਰੋਆ ਪੰਜਾਬ ਸੇ ਜਿੰਨੀ ਗੱਲਾਂ ਕਰਾਂਗੇ ਤੇ ਜਾਂਦੇ ਜਾਂਦੇ ਉਹਨਾਂ ਨੇ ਇੱਕ ਗੱਲ ਜ਼ਰੂਰ ਕੀਤੀ ਸੀ ਕਿ ਸਾਨੂੰ ਖਤਰਾ ਹੈਗਾ ਵਾ ਗਵਾਂਢੀ ਮੁਲਕਾਂ ਤੋਂ ਸਾਡੇ ਆਪਣਿਆਂ ਤੋਂ ਵੀ ਖਤਰਾ ਵਾ ਤੇ ਬਿਕਰਮਜੀਤ ਮਜੀਠੀਆ ਦਾ ਤੰਜ ਕੱਸਦੇ ਕਹਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਾਜ ਆ ਜਾਂਦਾ ਤੇ ਫਿਰ ਫੜ ਕੇ ਜੇਲ੍ਹਾਂ ਦੇ ਵਿੱਚ ਜ਼ਰੂਰ ਡੱਕਾਂਗੇ ਨਸ਼ਾ ਤਸਕਰ ਪਰ ਦੂਜੇ ਪਾਸੇ ਜੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹੋ ਕਹਿੰਦੇ ਕਿ ਇਹ ਪਾਕ ਸਾਫ ਆ ਬਿਕਰਮਜੀਤ ਮਜੀਠੀਆ ਜਿਹੜੇ ਕਿ ਹੁਣ ਬਾਹਰ ਆ ਚੁੱਕੇ ਆ ਜਮਾਨਤ ਮਿਲ ਚੁੱਕੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਦਾਗ ਨਹੀਂ ਲੱਗਣਾ ਵੇਖਦੇ ਹਾਂ ਸਰਕਾਰ ਕਿਹੜੀ ਆਉਂਦੀ ਆ 22 ਦੇ ਵਿੱਚ ਤੰਜ ਜ਼ਰੂਰ ਇੱਕ ਦੂਜੇ ਦੇ ਕੱਸੇ ਜਾਂਦੇ ਆ ਕਿ ਕਾਂਗਰਸ ਅੱਗੇ ਆਊਗੀ ਕੀ ਅਕਾਲੀ ਦਲ ਆਉਂਦਾ ਕਿ ਬੀਜੇਪੀ ਆਉਂਦੀ ਆ ਜਾਂ ਆਮ ਆਦਮੀ ਪਾਰਟੀ ਕਿਹੜਾ ਮਾਰਕਾ ਮਾਰੂਗੀ